ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੀਤੇ ਦਿਨੀ ਕਿਸਾਨਾਂ ਦੇ ਉੱਤੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਿਸਾਨ ਯੂਨੀਅਨ ਭੜਕਿਆ ਦਿਖਾਈ ਦੇ ਰਿਹਾ ਹੈ। ਅੱਜ ਇੱਕ ਪਾਸੇ ਜਿੱਥੇ ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਉੱਥੇ ਦੂਜੇ ਪਾਸੇ ਕਿਸਾਨ ਯੂਨੀਅਨ ਚੜੂਨੀ ਵੱਲੋਂ ਵੀ ਕਾਨਫਰੰਸ ਕੀਤੀ ਗਈ ਅਤੇ ਨਾਲ ਹੀ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਬੇਹੱਦ ਮੰਦਭਾਗਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਮੁੱਖ ਮੰਤਰੀ ਪੰਜਾਬ ਤੇ ਨਿਸ਼ਾਨੇ ਵੰਡੇ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਅਤੇ ਭਾਵੇਂ ਭਾਜਪਾ ਨੇ ਕਿਸਾਨਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਸੇ ਰਾਹ ਤੇ ਚੱਲ ਰਹੀ ਹੈ। ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਬਿਆਨ ਦੀ ਨਖੇਧੀ ਕਰਦੇ ਕਿਹਾ ਕਿ ਕਿਸਾਨ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਧਰਨੇ ਨਹੀਂ ਲਾਉਂਦੇ, ਸਗੋਂ ਸਰਕਾਰਾਂ ਵੱਲੋਂ ਜਿਹੜੇ ਵਾਅਦੇ ਕਰਕੇ ਪੂਰੇ ਨਹੀਂ ਕੀਤੇ ਜਾਂਦੇ ਉਹਨਾਂ ਨੂੰ ਲੈ ਕੇ ਆਪਣਾ ਰੋਸ ਮਾਰਚ ਕਰਦੇ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਕਈ ਮੁੱਦੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਚਾਇਤੀ ਜ਼ਮੀਨ ਜਿਸ ਦੇ ਕੋਲ ਹੋਵੇਗੀ ਉਸ ਨੂੰ ਮੁੜ ਜਾਵੇਗੀ, ਪਰ ਪੰਚਾਇਤਾਂ ਦੇ ਨਾਲ ਨਾ ਲਗਵਾ ਕੇ ਇਹਨਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਬਾਅਦ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਹੀ ਦਿੱਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ 5 ਤਰੀਕ ਨੂੰ ਗੰਨੇ ਦੀਆਂ ਮਿੱਲਾਂ ਖੁੱਲ੍ਹ ਜਾਣਗੀਆਂ, ਉਹ ਵੀ ਨਹੀਂ ਖੋਲੀਆਂ ਗਈਆਂ। ਇਸ ਮੌਕੇ ਤੇ ਬੋਲਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਦਿੱਲੀ ਦੇ ਵਿੱਚ ਜਿੱਤ ਹੋਈ ਸੀ ਅਤੇ ਉਸਦੇ ਉਪਲਕਸ਼ ਦੇ ਵਿੱਚ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਬੀਜੇਪੀ ਦੇ ਨਿਸ਼ਾਨੇ ਤੇ ਹੈ ਕਿਸਾਨ ਮੂਵਮੈਂਟ। ਕਿਸਾਨ ਤਾਕਤ ਨੂੰ ਖਿਡਾਉਣ ਦੀ ਖਾਤਰ ਜਿਹੜੀ ਬੀਜੇਪੀ ਫਿਰਕਾ ਪ੍ਰਸਤੀ ਵਾਲੀਆਂ ਚਾਲਾਂ ਚੱਲ ਰਹੀ ਹੈ, ਕਦੇ ਹਰਿਆਣੇ ਦੇ ਕਿਸਾਨਾਂ ਨੂੰ ਪਾੜਨ ਦੀ ਖਾਤਰ SYL ਦਾ ਇਸ਼ੂ, ਕਦੇ ਚੰਡੀਗੜ੍ਹ ਦਾ ਇਸ਼ੂ, ਕਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ, ਉਹ ਕਦੇ ਮਤਲਬ ਫਾਂਸੀਵਾਦੀ ਵਾਲੇ ਏਜੰਡੇ ਲੈ ਕੇ ਆਉਂਦੀ ਹੈ। ਉਹ ਪੰਜਾਬ ਦੇ ਹਾਲਤ ਵਿਗਾੜਨ ਅਤੇ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਿਸਾਨਾਂ ਨੂੰ ਆਪਸ 'ਚ ਪਾੜ ਕੇ ਇਸ ਤਾਕਤ ਨੂੰ ਖਿਡਾਉਣ ਦਾ ਜਿਹੜਾ ਮਨਸੂਬਾ ਹੈ ਉਹਨੂੰ ਅਸੀਂ ਫੇਲ ਕਰਨ ਦੀ ਖਾਤਰ ਜ਼ੋਰ ਨਾਲ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਉਹਦੇ ਹੁਣ ਤੱਕ ਦੇ ਜਿੰਨੇ ਵੀ ਪੱਤੇ ਚੱਲੇ ਨੇ ਉਹਨੇ ਇਸ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ, ਅਸੀਂ ਪਹਿਲਾਂ ਫੇਲ ਕੀਤੇ ਨੇ ਅਤੇ ਅਸੀਂ ਇਸ ਪੱਤੇ ਨੂੰ ਸਾਫ਼ ਕਰਨ ਦੀ ਖਾਤਰ ਹੀ ਆਪਣੀ ਇਹ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਾਂਗੇ। ਹੈਂ ਪੰਜਾਬ ਸੀਐਮ ਦੀ ਸਟੇਟਮੈਂਟ ਅੱਜ ਹੀ ਕਹਿੰਦੇ ਕਿ ਲੋਕ ਪਰੇਸ਼ਾਨ ਹੋ ਰਹੇ ਨੇ, ਕਿਸਾਨਾਂ ਨੇ ਧਰਨੇ ਲਾਏ ਨੇ, ਉਹ ਸੀਐਮ ਦੇ ਘਰ ਦੇ ਬਾਹਰ ਲਾਉਣ ਤਾਂ ਕਿ ਲੋਕਾਂ ਨੂੰ। ਦੇਖੋ ਅਸੀਂ ਜਿੰਨੇ ਵੀ ਹੁਣ ਤੱਕ ਸਾਡੇ ਪ੍ਰਦਰਸ਼ਨ ਹੋਏ ਨੇ ਅਸੀਂ ਬਹੁਤ ਸੋਚ ਸਮਝ ਕੇ ਪ੍ਰਦਰਸ਼ਨ ਕੀਤੇ। ਅਸੀਂ ਪਹਿਲਾਂ ਇੱਕ ਜਾਮ ਕਰਕੇ ਹਟਿਆ, ਅਸੀਂ DC ਦਫ਼ਤਰਾਂ ਦੇ ਮੂਹਰੇ ਧਰਨੇ ਲਾ ਕੇ ਹਟਿਆ, ਅਸੀਂ ਅਰਥੀ ਫੂਕ ਮੁਜ਼ਾਹਰੇ ਕਰਕੇ ਹਟਿਆ। ਅਸੀਂ SKM ਵੱਲੋਂ ਜਿਹੜੇ ਵੀ ਮਸਲੇ ਕੋਈ ਏਜੰਡਾ ਲੀਕਦੇ ਹਾਂ, ਕੋਈ ਪ੍ਰੋਗਰਾਮ ਦਿੰਦੇ ਹਾਂ, ਅਸੀਂ ਇਹ ਗੱਲ ਨੂੰ ਧਿਆਨ 'ਚ ਰੱਖਦੇ ਹਾਂ ਵੀ ਲੋਕ ਪਰੇਸ਼ਾਨ ਨਾ ਹੋਣ। ਅਸੀਂ ਉਹੋ ਜਿਹੇ ਐਕਸ਼ਨ ਦਾ ਪਲਾਨ ਕਰਦੇ ਹਾਂ, ਸਾਡੇ ਇਹ ਧਿਆਨ 'ਚ ਹੈ, ਹੁਣ ਵੀ ਸਾਡੇ ਇਹ ਧਿਆਨ 'ਚ ਹੈ। ਸਾਡੇ ਹੁਣ ਵੀ ਇਹ ਜਿਹੜੇ ਐਕਸ਼ਨ ਤੁਸੀਂ ਦੇਖ ਲਓ ਕਿੰਨੇ ਐਕਸ਼ਨ ਨੇ, ਇੱਕ ਇਕੱਲੇ ਪੰਜਾਬ ਬੰਦ ਨੂੰ ਲੈ ਕੇ, ਜਦੋਂ ਪੰਜਾਬ ਬੰਦ ਹੁੰਦਾ ਉਦੋਂ ਜਾਂ ਹਿੰਦੁਸਤਾਨ ਬੰਦ ਹੁੰਦਾ ਉਦੋਂ ਅਸੀਂ ਸਾਰੀਆਂ ਜਗ੍ਹਾ 'ਤੇ ਸਭ ਕੁਝ ਹੀ ਬੰਦ ਹੁੰਦਾ, ਉਦੋਂ ਕੋਈ ਸਮੱਸਿਆ ਨਹੀਂ ਆਉਂਦੀ ਹੁੰਦੀ। ਅੱਛਾ ਇੱਕ ਸਵਾਲ ਹੋਰ, ਫਰੀਦਕੋਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਮਨਵਰ ਤੇ ਬੈਠ ਗਏ ਨੇ, 12 ਵਜੇ ਤੱਕ ਤਾਂ ਅਲਟੀਮੇਟ ਸੀ ਪਰ ਜਵਾਬ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ, ਜਿਹੜਾ ਉਹ ਧਰਨਾ ਚੱਲ ਰਿਹਾ ਉਹਨੂੰ ਕਿਵੇਂ ਦੇਖਦੇ ਹੋ? ਉਹ ਦੇਖੋ ਜਥੇਬੰਦੀ ਵੱਖਰੀ ਹੈ, ਉਹਨਾਂ ਦਾ ਵੱਖਰਾ ਪ੍ਰੋਗਰਾਮ, ਅਸੀਂ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ। ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਉਹਦਾ ਜਵਾਬ ਦੇ ਹੋਣਗੇ। ਦੇਖੋ ਇੱਕ ਕਿਸਾਨ ਜਥੇਬੰਦੀ ਔਰਗੇਨਾਈਜੇਸ਼ਨ ਆ, ਅਸੀਂ ਜਥੇਬੰਦੀ ਔਰਗੇਨਾਈਜੇਸ਼ਨ ਆ, ਸਾਰੀਆਂ ਇਕੱਠੇ ਬੈਠੇ ਹਾਂ, ਜੋ ਸਾਡੇ ਸਾਂਝਾ ਪ੍ਰੋਗਰਾਮ ਅਸੀਂ ਸਾਂਝਾ ਕਰਦੇ ਹਾਂ, ਜਿਹੜਾ ਅਸੀਂ ਇਕੱਲੇ ਇਕੱਲੇ ਕਰਦੇ ਹਾਂ ਉਹਦੇ ਅਸੀਂ ਇਕੱਲੇ ਇਕੱਲੇ ਜਵਾਬ ਦੇ ਹਾਂ। ਲਓ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਇਹ ਹੈ ਜੀ, ਜਿਹੜਾ ਭਗਵੰਤ ਮਾਨ ਜੀ ਨੇ ਪਰਸੋਂ ਬਿਆਨ ਦਿੱਤਾ, ਅਸੀਂ ਉਹ ਬਿਆਨ ਨੂੰ ਬਹੁਤ ਨਿੰਦਣਯੋਗ ਕਹਿੰਦੇ ਹਾਂ। ਜਿਹੜਾ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਗੱਲ ਕਹੀ ਗਈ ਕਿ ਇਹ ਪੈਸੇ ਇਕੱਠੇ ਕਰਨ ਲਈ ਧਰਨੇ ਲਾਉਂਦੇ ਨੇ, ਧਰਨੇ ਲਾਉਣਾ ਸਾਡਾ ਸ਼ੌਂਕ ਨਹੀਂ, ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ, ਇਸ ਕਰਕੇ ਧਰਨੇ ਲਾਉਣਾ ਮਜਬੂਰੀ ਬਣ ਜਾਂਦੀ ਹੈ। ਸਾਨੂੰ ਪਤਾ ਧਰਨੇ ਲਾਉਣ ਨਾਲ ਪਬਲਿਕ ਪਰੇਸ਼ਾਨ ਹੁੰਦੀ ਆ, ਨਿੱਤ ਦਿਨ ਦੀ ਆਵਾਜਾਈ, ਕਿਸੇ ਨੇ ਕਿਤੇ ਜਾਣਾ, ਕਿਸੇ ਨੇ ਪਬਲਿਕ ਵੀ ਵਿਰੋਧ ਕਰਦੀ ਹੈ, ਪਰ ਮਜਬੂਰੀ ਨੂੰ ਜਿਵੇਂ ਹੁਣ ਇਹਨਾਂ ਨੇ ਕਿਹਾ ਵੀ ਖੰਡ ਮਿੱਲਾਂ 5 ਤਰੀਕ ਨੂੰ ਚਲਾਉਣੀਆਂ, ਨਹੀਂ ਚਲਾਈਆਂ, ਖੰਡ ਮਿੱਲਾਂ ਦਾ ਬਕਾਇਆ ਖੜਾ ਉਹ ਨਹੀਂ ਦਿੱਤਾ, ਗੰਨੇ ਦਾ ਬਕਾਇਆ ਜਿਹੜਾ ਖੜਾ ਕਿਸਾਨ ਦਾ ਨਹੀਂ ਮਿਲਿਆ। ਜਿਹੜੀਆਂ ਜੁਮਲਾ ਮੁਸ਼ਤਰਕਾ ਮਾਲਕਨ ਜ਼ਮੀਨਾਂ ਸੀਗੀਆਂ ਇਹਨਾਂ ਨੇ ਸ਼ੁਰੂ 'ਚ ਵਾਅਦਾ ਕੀਤਾ ਸੀ ਵੀ ਇਹ ਜਿਹਦੇ ਨਾਮ ਚੱਲ ਰਹੀ ਗਰਦੌਰੀ ਇਹ ਉਹਨੂੰ ਹੀ ਦਿੱਤੀਆਂ ਜਾਣਗੀਆਂ, ਅਸੀਂ ਪੱਕੀਆਂ ਕਰਾਂਗੇ, ਪੱਕੀਆਂ ਕਰਨ ਦੀ ਬਜਾਏ ਖੋ ਰਹੇ ਨੇ, ਖੋ ਵੀ ਉਹਨਾਂ ਤੋਂ ਰਹੇ ਨੇ ਜਿਹੜੇ ਜਿਨ੍ਹਾਂ ਕੋਲ ਛੋਟੇ ਕਿਸਾਨ ਨੇ, ਜਿਹੜੇ ਜਿਨ੍ਹਾਂ ਕੋਲ ਗੁਜ਼ਾਰੇ ਜੋਗਾ ਹੀ ਮਸਾ ਕੰਮ ਚੱਲ ਰਿਹਾ, ਆਪਣਾ 5-5, 7-7, 8-10 ਕਿੱਲੇ ਹੋਣਗੇ ਕੋਈ ਕੋਲ, ਵੱਡੇ ਬੰਦਿਆਂ ਤੋਂ ਜਿਵੇਂ ਲਵਲੀ ਯੂਨੀਵਰਸਿਟੀ ਵਾਲਾ ਇਹਦੇ ਕੋਲ ਨਹੀਂ ਕੋਈ ਜਾ ਰਹੀ, 13 ਕਿੱਲੇ ਇੱਕ ਆ ਅਤੇ 5-6 ਕਨਾਲਾਂ ਇੱਕ ਹੋਰ ਘੇਰੀ ਹੋਈ ਆ, ਉਹ ਜ਼ਮੀਨਾਂ ਨੇ ਜਿਹੜੀਆਂ ਇਹ ਉਹਨਾਂ ਕੋਲੋਂ ਖੋ ਕੇ ਪੰਚਾਇਤਾਂ ਦੇ ਨਾਮ ਕਰਕੇ ਇਹ ਕਾਰਪੋਰੇਟ ਘਰਾਣੇ ਹੁੰਦੇ ਆ ਜੀ।
जिहड़े कि खेती दे विच आउणा चाहुंदे सी, जिहड़ा कि सीधा रस्ता मोदी दे नहीं इख्तियार किया गया, मोदी ने इन्हां नूं कहता वो रस्ता इन्हां ने अपना लिया। जिवें हरियाणे च लैंड बैंक बन गई आ, जमीन इकट्ठी कर रहे ने, उत्थे कम चल रहे आ, इस तरह पंजाब च होणा। इस करके असीं कहिंदे वी सानूं बदनाम ना करो, जिहड़ी बणदी गल आ उह करो, साडे जिहड़े मसले आ उह हल करो, सानू आ कर किसानां दा कर्जा माफ़ करो। साडे किसान जिहड़े शहीद होए ने, 750 किसान जिहड़े 732 किसान शहीद होए ने, उहनां नूं अजे तक तुसीं पूरियां नूं मुआवजा नहीं दित्ता, पूरियां नूं नौकरियां नहीं दित्तियां। असीं उहदी मंग करदे हाँ, असीं मजदूर दा कर्जा माफ़ करन दी मंग करदे हाँ, किसान दा कर्जा माफ़ करन दी मंग करदे हाँ। साडियां तां मंगां उवें आ, किसान अज्ज कोई खुदकुशी कर रहा। इस करके ये जिहड़ी बयान देने आ, बेतुके जिहे छड के कम करो। ਤੁਹਾਡੇ ਤੇ ਲੋਕਾਂ ਨੇ ਬੜੀ ਆਸ ਲਾਈ ਸੀਗੀ ਕਿ ਤੁਸੀਂ ਇੱਕ ਹੁਣ ਤੱਕ ਪੰਜਾਬ ਦੀ ਖਾਤਰ ਸੈਂਟਰ 'ਚ ਲੜਦੇ ਰਹੇ ਜੇ, ਤੁਹਾਨੂੰ ਪੰਜਾਬ ਨੇ ਵੋਟ ਹੀ ਇਸੇ ਕਰਕੇ ਪਾਈ ਸੀ ਕਿ ਤੁਸੀਂ ਪੰਜਾਬ ਲਈ ਕੁਝ ਕਰੋਗੇ, ਪਰ ਤੁਸੀਂ ਜੁਮਲੇਬਾਜ਼ੀ ਵਾਲਾ ਕੰਮ ਭਾਜਪਾ ਵਾਲਾ ਨਾ ਕਰੋ, ਉਹ ਨਹੀਂ ਚੱਲਦਾ। ਲੱਗਦਾ ਬੀਜੇਪੀ ਦੀ ਨਕਸ਼ੇ ਕਦਮ ਦੇ ਚੱਲ ਰਹੇ? ਬਿਲਕੁਲ, ਬੀਜੇਪੀ ਦੇ ਇੱਕ ਨਕਸ਼ੇ ਕਦਮ ਦੇ ਚੱਲ ਰਹੇ ਆ ਇਹ। ਇਹਨਾਂ ਜਿੱਥੇ ਬੀਜੇਪੀ ਨੂੰ, ਹੁਣ ਤੁਸੀਂ ਆਪ ਹੀ ਦੇਖ ਲਓ, ਜਿੱਥੇ ਬੀਜੇਪੀ ਨੂੰ ਲੱਗਦਾ ਸਾਡੀ ਸਰਕਾਰ ਔਖੀ ਬਣਨੀ ਆ, ਕਾਂਗਰਸ ਨਾ ਬਣਾ ਜੇ, ਉੱਥੇ ਇਹਨਾਂ ਨੂੰ ਵਾੜ ਦਿੰਦੇ, ਉੱਥੇ ਜਾ ਕੇ ਆਪਣਾ ਵਜਾਉਣ ਲੱਗ ਪੈਂਦੇ ਆ। ਪੰਜਾਬ ਦੀਆਂ ਜਿਹੜੀਆਂ ਗੱਲਾਂ ਨਹੀਂ ਹੋਈਆਂ ਉੱਥੇ ਜਾ ਕੇ ਦੱਸਦੇ ਆ। ਗੁਜਰਾਤ 'ਚ ਲਾ ਲਓ, ਹਿਮਾਚਲ ਲਾ ਲਓ, ਉੱਥੇ ਦੋ ਤਿੰਨ ਬਿਆਨ ਤੁਸੀਂ ਮੀਡੀਆ ਵਾਲਿਆਂ ਤੁਸੀਂ ਸਾਡੇ ਤੋਂ ਜ਼ਿਆਦਾ ਜਾਣਦੇ ਹਾਂ, ਜਿਹੋ ਜਿਹੇ ਬਿਆਨ ਉੱਥੇ ਦਿੰਦੇ ਆ। ਇੱਥੇ ਹੋਇਆ ਕੀ ਆ? ਅੱਜ ਸਾਡੀ ਕਾਨੂੰਨ ਅਵਸਥਾ ਜਿਹੜੀ ਜਮ੍ਹਾਂ ਖਰਾਬ ਆ, ਦਿਨ ਦਿਹਾੜੇ ਗੋਲੀ ਮਾਰ ਕੇ ਨਿਕਲ ਜਾਂਦੇ ਆ, ਸਾਨੂੰ ਉਹਦਾ ਨਹੀਂ ਪਤਾ ਲੱਗਦਾ, ਬੰਦਾ ਸੇਫ ਨਹੀਂ ਹੈਗਾ ਇੱਥੇ। ਅਸੀਂ ਪਹਿਲਾਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ, ਪੰਜਾਬ ਨੂੰ ਸੇਫ ਕਰੀਏ, ਪੰਜਾਬ ਦੇ ਕਿਸਾਨ ਨੂੰ ਖੁਸ਼ ਕਰੀਏ, ਮਜ਼ਦੂਰ ਨੂੰ ਖੁਸ਼ ਕਰੀਏ, ਫਿਰ ਅਸੀਂ ਅੱਗੇ ਚੱਲੀਏ। ਬੀ ਟੀਮ ਲੱਗਦਾ? ਬੀ ਟੀਮ, ਬੀ ਟੀਮ ਪੱਕਾ ਜੀ, ਭਾਜਪਾ ਦੀ ਬੀ ਟੀਮ, ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ। ਕੌਣ ਕਿਹਦੀ ਹੈ? ਕੌਣ ਕਿਹਦੀ ਹੈ? ਭਾਜਪਾ ਦੀ ਬੀ ਟੀਮ ਆ ਜੀ, ਆਮ ਆਦਮੀ ਪਾਰਟੀ, ਅਸੀਂ ਸਾਫ਼ ਕਹਾਂਗੇ ਔਰ ਕਹਿੰਦੇ ਰਹਾਂਗੇ।